ਅਗਰ ਸਿੱਖ ਨੇ ਆਪਣੇ ਘਰਾਂ 'ਚ ਮੁਰਮ ਕਰੋ ਤਾਂ ਸੀਰਾ ਲਾ ਲਈ, ਜਿਹੜੀਆਂ ਸਾਡੇ ਘਰਾਂ 'ਚ ਸੀਰਾ ਲੱਗੇ ਹੋਏ ਨਾ, ਇਹ ਚਿੱਤਰਕਾਰ ਸੋਭਾ ਸਿੰਘ ਦੀ ਦੇਣ ਹੈ। ਸਿੱਖ ਨੇ ਤੇ ਗੁਰੂ ਨਾਨਕ ਸਾਹਿਬ ਨੂੰ ਵੇਖਣਾ ਤੇ ਗੁਰੂ ਨਾਨਕ ਸਾਹਿਬ 'ਚ ਵੇਖਣਾ। ਕਈ ਕਹਿੰਦੇ ਜੀ ਫਿਰ ਬੱਚਿਆਂ ਨੂੰ ਕਿੱਦਾਂ ਦੱਸਾਂਗੇ ਸਾਡਾ ਗੁਰੂ ਜੀ ਕਿੱਦਾਂ ਦੇ ਸੀ। ਇਸਲਾਮ ਵਾਲਿਆਂ ਨੇ ਅੱਜ ਤੱਕ ਹਜ਼ਰਤ ਸਾਹਿਬ ਦੀ ਤਸਵੀਰ ਨਹੀਂ ਬਣਦੀ। ਅੱਜ ਤੱਕ ਦੁਨੀਆਂ ਦੀਆਂ ਕਿੰਨੀਆਂ ਕੰਟਰੀਆਂ 'ਚ ਇਸਲਾਮ ਦੇ ਝੰਡੇ ਤੁਰ ਪਏ ਬਿਨਾਂ ਤਸਵੀਰ ਤੋਂ। ਦੱਸੋ ਜਪਜੀ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਕਿੱਦਾਂ ਦੇ ਸੀ, ਦਸ ਪਾਤਸ਼ਾਹਾਂ ਦਾ ਜੀਵਨ ਕਿੱਦਾਂ ਸੀ ਗੁਰੂ ਗ੍ਰੰਥ ਸਾਹਿਬ ਤੋਂ ਦੱਸੋ। ਪਰ ਅਸੀਂ ਇਸ ਬੰਦੇ ਤੁਰੇ ਨਾ, ਹੁਣ ਤਾਂ ਚੇਨਾ ਵਾਲਿਆਂ ਨੂੰ ਪਤਾ ਲੱਗ ਗਿਆ ਵੀ ਸਿੱਖ ਬੁੱਤ ਪੂਜਦੇ ਨੇ, ਉਹ ਤਰ੍ਹਾਂ ਤਰ੍ਹਾਂ ਦੀਆਂ ਫੋਟੋ ਬਣਾ ਬਣਾ ਕੇ ਭੇਜ ਰਹੇ ਨੇ। ਸਿੱਖ ਆਪਣੇ ਘਰਾਂ 'ਚ ਗੱਡੀ ਲੈਂਦਾ ਤਾਂ ਡੈਸ਼ਬੋਰਡ 'ਤੇ ਫੋਟੋ ਲਾਉਂਦਾ, ਘਰ ਦੇ ਵਿੱਚ ਤਾਂ ਦੇ ਨਾਲ ਫੋਟੋ ਲਾਈ ਹੈ, ਤੇ ਜਿਹੜੀਆਂ ਤਸਵੀਰਾਂ ਨੇ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਨਹੀਂ। ਜਿਹੜੀਆਂ ਗੱਲਾਂ ਤੋਂ ਬਾਣੀ ਉੱਠਦੀ ਹੈ ਤਸਵੀਰਾਂ ਬਿਲਕੁਲ ਉਹ ਉੱਠਣਗੀਆਂ। ਹੁਣ ਇਹ ਗੱਲਾਂ ਹਜ਼ਮ ਕਰਨੀਆਂ ਥੋੜੀਆਂ ਜਿਹੀਆਂ ਆਪਣੀ ਸੋਚ ਆਪਣੇ ਵਿਚਾਰ ਬਦਲਣਾ ਨਹੀਂ ਚਾਹੁੰਦੇ। ਜਿਹੜੀਆਂ ਤਸਵੀਰਾਂ ਸਾਡੇ ਘਰ ਲੱਗੀਆਂ ਨੇ 1923 ਵਿੱਚ ਸਭ ਤੋਂ ਪਹਿਲੀ ਵਾਰ ਚਿੱਤਰਕਾਰ ਸੋਭਾ ਸਿੰਘ ਨੇ ਬਣਾਈ ਸੀ। 1923 ਤੋਂ ਪਹਿਲਾਂ ਕਿਸੇ ਗੁਰੂ ਪਾਤਸ਼ਾਹ ਦੀ ਕੋਈ ਤਸਵੀਰ ਨਹੀਂ ਸੀ, ਸਿਰਫ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਆਪਣੇ ਗੁਰੂ ਦੇ ਦਰਸ਼ਨ ਕਰਦਾ ਸੀ। ਪਰ ਅੱਜ ਮਾਰ ਲਓ ਉਹ ਟਾਵਾਂ ਘਰ ਹੀ ਹੋ ਗਿਆ ਜਿਹਦੇ ਘਰ ਦੇ ਵਿੱਚ ਤਸਵੀਰ, ਉਹ ਭਾਗਾ ਵਾਲਾ ਹੀ ਘਰ ਹੋ ਗਿਆ ਜਿਹਦੇ ਘਰ 'ਚ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੀਆਂ ਤਸਵੀਰਾਂ ਹੋਣਗੀਆਂ। ਆਪਣੇ ਘਰ ਇੱਦਾਂ ਤਸਵੀਰਾਂ ਲਾਓ ਸ਼ਬਦਾਂ ਦੀਆਂ, ਸ਼ਬਦ ਲਾਓ, ਸ਼ਬਦ ਤੁਹਾਨੂੰ ਮੈਸੇਜ ਦਿੰਦਾ, ਗਿਆਨ ਦਿੰਦਾ ਹੈ। ਕਰੰਟ ਬਣ ਗਿਆ, ਪੋਜੀਸ਼ਨ ਰੱਖੋ। ਅਸੀਂ ਕੰਮ ਕਰਨਾ ਤੋਂ ਬਾਹਰ ਨਿਕਲਣਾ, ਫਿਰ ਦੇਖਿਓ ਸੌਖਾ ਦੱਸੋਗੇ ਆਪਣੇ ਬੱਚਿਆਂ ਨੂੰ, ਤੁਹਾਡੇ ਬੱਚੇ, ਤੁਹਾਡੀਆਂ ਧੀਆਂ ਤੁਹਾਡੇ ਬਹੁਤ ਮਾਣ ਮਹਿਸੂਸ ਕਰਨਗੇ ਵੀ ਇੰਨਾ ਸੌਖਾ ਰਾਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਇੰਨਾ ਸੌਖਾ ਰਾਹ। ਤੁਹਾਡੀਆਂ ਧੀਆਂ ਤੁਹਾਡੇ ਬੱਚੇ ਆਪ ਬਾਣੀ ਪੜ੍ਹਦੇ ਤੇ ਮਾਣ ਮਹਿਸੂਸ ਕਰਨਗੇ। ਮੈਂ ਇੱਥੋਂ ਦੇ ਬਹੁਤ ਬੱਚੇ ਵੇਖੇ ਨੇ, ਜਦੋਂ ਉਹਨਾਂ 2-4 ਦਿਨ ਗੱਲਾਂ ਕੀਤੀਆਂ ਉਹ ਸਹਿਜ ਪਾਠ ਕਰਨ ਲੱਗ ਪਏ, ਕਹਿੰਦੇ ਇੰਨਾ ਸੌਖਾ ਰਾਹ, ਅਸੀਂ ਮਨ ਪੜਿਆ ਕਰ ਰਹੇ ਹਾਂ। ਰਾਹ ਦਿਓ ਆਪਣੇ ਬੱਚਿਆਂ ਨੂੰ ਬਾਣੀ ਨਾਲ ਜੋੜੋ, ਉਹਨਾਂ ਨੂੰ ਗੁਰੂ ਦੇ ਸਿਧਾਂਤ ਬਾਰੇ ਦੱਸੋ ਕਿ ਬਾਣੀ ਕਹਿੰਦੀ ਕੀ ਹੈ ਸਾਨੂੰ। ਪਰ ਗੱਲ ਇਹ ਨਾ, ਇਹ ਕੰਮ ਥੋੜ੍ਹਾ ਜਿਹਾ ਸਾਨੂੰ ਔਖਾ ਲੱਗਦਾ, ਅਸੀਂ ਸੌਖਾ ਰਾਹ ਲੱਭਦੇ ਹਾਂ। ਆਸ਼ੀਰਵਾਦ ਲੈਣਾ ਸੌਖਾ ਵਾ ਤੇ ਬਾਣੀ ਪੜ੍ਹ ਕੇ ਵਿਚਾਰ ਕੇ ਆਪਣੇ ਮਨ ਦੇ ਵਿਚਾਰ ਬਦਲਦੇ ਥੋੜ੍ਹੇ ਜਿਹੇ ਔਖੇ ਔਖੇ ਲੱਗਦੇ।